70 ਸਾਲਾਂ ਤੋਂ ਬਾਅਦ ਅੱਜ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਦੇ ਵਿੱਚ ਮਜ਼ਬੂਤ ਇੱਕ ਗੰਢ ਵੱਜੀ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਅੱਜ ਕਰਤਾਰਪੁਰ ਕੋਰੀਡੋਰ ਬਣਾਉਣ ਦੇ ਲਈ ਨੀਂਹ ਪੱਥਰ ਰੱਖਿਆ ਜਾਣਾ ਆ ਅਤੇ ਭਾਰਤ ਵੱਲੋਂ ਇਹ ਹੱਦ ਹੈਗੀ ਆ ਜਿੱਥੇ ਕਿ ਡਿਫੈਂਸ ਦਾ ਕਬਜ਼ਾ ਆ ਅਤੇ ਇਹ ਕੋਰੀਡੋਰ ਭਾਰਤ ਦੇ ਵੱਲੋਂ ਬਣਾਇਆ ਗਿਆ ਆ ਜਿੱਥੇ ਕਿ ਦੂਰਬੀਨ ਦੇ ਨਾਲ ਕਰਤਾਰਪੁਰ ਸਾਹਿਬ ਦਾ ਜਿਹੜੇ ਦਰਸ਼ਨ ਨੇ ਉਸ ਗੁਰੂ ਸਥਾਨ ਦੇ ਜਿਹੜੇ ਦਰਸ਼ਨ ਹੈਗੇ ਨੇ ਉਹ ਕਰਦੇ ਨੇ। ਇਹ ਬਿਲਕੁਲ ਐਂਡ ਪੁਆਇੰਟ ਹੈਗਾ ਭਾਰਤ ਦੇ ਵੱਲੋਂ। ਇਸ ਤੋਂ ਅੱਗੇ ਜਿਹੜਾ ਆ ਸੀਮਾ ਬਣੀ ਹੋਈ ਆ, ਇਸ ਤੋਂ ਅੱਗੇ ਤਾਰਾਂ ਲੱਗੀਆਂ ਹੋਈਆਂ ਨੇ, ਕੰਡਿਆਲੀ ਤਾਰ ਲੱਗੀ ਹੋਈ ਆ, ਇੱਥੋਂ ਹੀ ਸੰਗਤ ਜਿਹੜੀ ਆ ਦਰਸ਼ਨ ਕਰਦੀ ਹੈ। ਜੇਕਰ ਤੁਹਾਨੂੰ ਇੱਧਰੋਂ ਪਾਸੇ ਤੋਂ ਦਿਖਾਇਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਾਰਾਂ ਲੱਗੀਆਂ ਹੋਈਆਂ ਨੇ, ਸਰਹੱਦ ਹੈ, ਪਰਲੇ ਪਾਸੇ ਜਿਹੜਾ ਪਾਕਿਸਤਾਨ ਹੈਗਾ। ਤਾਂ ਇੱਧਰ ਜਿਹੜਾ ਤੁਸੀਂ ਦੇਖ ਸਕਦੇ ਹੋ ਸੰਗਤ ਦੇ ਵੱਲੋਂ ਦਰਸ਼ਨ ਕੀਤੇ ਜਾ ਰਹੇ ਆ ਦੂਰਬੀਨ ਦੇ ਨਾਲ। ਉੱਪਰ ਵੀ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੰਗਤ ਦੇ ਨਾਲ, ਕਿਉਂਕਿ ਅੱਜ ਪਾਕਿਸਤਾਨ ਦੇ ਵੱਲੋਂ ਨੀਂਹ ਪੱਥਰ ਰੱਖਿਆ ਜਾਣਾ ਅਤੇ ਇਹ ਦੂਰਬੀਨ ਜਿਹੜੀ ਹੈ ਇਹ ਦੂਰ ਹੋ ਜਾਣੀ ਹੈ। ਦੂਰਬੀਨ ਦਾ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਦ੍ਰਿਸ਼ ਕਿ ਕਿਸ ਤਰ੍ਹਾਂ ਸੰਗਤ ਜਿਹੜੀ ਹੈ ਉਹ ਦਰਸ਼ਨ ਕਰ ਰਹੀ ਹੈ। ਅਤੇ ਸਾਹਮਣੇ ਇੱਥੋਂ 3 ਕਿਲੋਮੀਟਰ ਦੂਰ ਕਰਤਾਰਪੁਰ ਸਾਹਿਬ ਗੁਰਦੁਆਰਾ ਹੈਗਾ, ਇਹ ਦੂਰਬੀਨ ਲੱਗੀ ਹੈ, ਬੱਚੇ ਦੇਖ ਰਹੇ ਆ, ਬਜ਼ੁਰਗ ਵੀ ਇੱਥੇ ਆਏ ਆ, ਨੌਜਵਾਨ ਆਏ ਆ, ਗੱਲਬਾਤ ਵੀ ਕਰਾਂਗੇ। ਸਰ ਕਿੱਥੋਂ ਆਏ ਹੋ ਤੁਸੀਂ? ਹਾਂਜੀ ਸਰ, ਬਟਾਲਾ ਤੋਂ। ਅੱਛਾ, ਅੱਗੇ ਵੀ ਕਦੀ ਦਰਸ਼ਨ ਕਰਨ ਆਏ ਕੁਝੇ? ਹਰ ਲਗਭਗ ਹਰ ਮਹੀਨੇ ਹੀ 2 ਮਹੀਨੇ ਬਾਅਦ ਦਰਸ਼ਨ ਕਰਨ ਆਈਦਾ। ਅਤੇ ਬੜਾ ਕਲੀਅਰ ਵਿਜ਼ਨ ਹੁੰਦਾ ਸੀ ਅੱਗੇ ਪਿੱਛੇ, ਆਹ ਥੋੜ੍ਹਾ ਜਿਹਾ ਇਹਨਾਂ ਮੌਸਮ ਦੇ ਵਿੱਚ ਕਰਕੇ ਥੋੜ੍ਹਾ ਜਿਹਾ ਕਲੈਰਿਟੀ ਨਹੀਂ ਆਉਂਦੀ। ਕਿੱਦਾਂ ਮਹਿਸੂਸ ਹੋ ਰਿਹਾ ਕਿ ਅੱਜ ਦੂਰਬੀਨ ਨਾਲ ਦਰਸ਼ਨ ਕਰ ਰਹੇ ਹੋ, ਅੱਜ ਤੋਂ 6 ਮਹੀਨੇ ਬਾਅਦ ਜਾਂ ਸਾਲ ਬਾਅਦ ਤੁਸੀਂ ਦੂਰਬੀਨ ਨੂੰ ਕੱਟ ਕੇ ਸਿੱਧਾ ਆਪ ਜਾਓਗੇ ਉੱਥੇ? ਨਹੀਂ ਜੀ, ਬਹੁਤ ਬਹੁਤ ਖੁਸ਼ੀ ਮਹਿਸੂਸ ਹੋਣੀ ਹੈ ਅਤੇ ਸਾਰੇ ਇਲਾਕੇ ਵਾਸਤੇ, ਸਾਰੇ ਹਿੰਦੁਸਤਾਨ ਵਾਸਤੇ ਹੀ, ਅਤੇ ਸਾਨੂੰ ਸਾਰਿਆਂ ਨੂੰ ਖੁਸ਼ੀ ਦਾ ਮੌਕਾ ਮਿਲਣਾ ਅਤੇ ਦੋਨਾਂ ਦੇਸ਼ਾਂ ਦਾ ਵਪਾਰ ਪਿਆਰ ਸਭ ਕੁਛ ਨਾਲ ਚੱਲੇਗਾ। ਠੀਕ ਹੈ, ਕੱਲ੍ਹ ਨੂੰ ਟ੍ਰੇਨਾਂ ਦਾ ਵੀ ਪਲਾਨ ਬਣਨਗੇ। ਠੀਕ ਹੈ, ਵੀਜ਼ਾ ਸਾਂਝਾ ਸਿੱਧਾ ਵੀਜ਼ਾ ਲੱਗਣਾ, ਵੀਜ਼ੇ ਤੋਂ ਬਗੈਰ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਣਾ। ਠੀਕ ਹੈ, ਇਸ ਤੋਂ ਅੱਗੇ ਵੀ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਨੇ, ਨਨਕਾਣਾ ਸਾਹਿਬ ਦੂਜੇ ਤੇ, ਇਸੇ ਲੜੀ ਤੋਂ ਅੱਗੇ ਜੁੜਨਗੇ ਜਿਹਦੇ ਨਾਲ ਸਾਰਿਆਂ ਨੂੰ ਦਰਸ਼ਨ ਹੋਣਗੇ। ਬਿਲਕੁਲ, ਬਜ਼ੁਰਗ ਵੀ ਸਾਡੇ ਨਾਲ ਹੈਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਇੱਥੋਂ ਸਜਾਦਿਓ ਆਏ ਹਾਂ। ਅੱਛਾ ਜੀ, ਅਤੇ ਅੱਜ ਦਰਸ਼ਨ ਕਰਨ ਆਏ ਹੋ ਫਿਰ? ਹਾਂਜੀ, ਅੱਗੇ ਵੀ ਦਰਸ਼ਨ ਕਰਨ ਆਉਂਦੇ ਹੁੰਦੇ ਹਾਂ। ਅੱਛਾ ਜੀ, ਹਾਂਜੀ। ਅਤੇ ਹੋ ਗਏ, ਅੱਜ ਤਾਂ ਵਿਜ਼ੀਬਿਲਟੀ ਘੱਟ ਘੱਟ ਦਿਸ ਰਿਹਾ ਧੁੰਦ ਦੇ ਕਰਕੇ, ਸ਼ਾਇਦ ਇੱਦਾਂ ਨਹੀਂ ਰਿਹਾ ਅੱਜ, ਨਿਗਾਹ ਘੱਟ ਹੈ, ਨਿਗਾਹ ਵੀ ਘੱਟ ਆ। ਸੋ ਦੂਰਬੀਨ ਦੇ ਨਾਲ ਇੱਥੋਂ ਦਰਸ਼ਨ ਕਰਦੇ ਨੇ, ਅੱਜ ਧੁੰਦ ਦੇ ਕਰਕੇ ਜਿਹੜੀ ਆ ਵਿਜ਼ੀਬਿਲਟੀ ਘੱਟ ਹੈਗੀ ਆ ਅਕਸਰ ਇੱਥੋਂ, ਨਹੀਂ ਤਾਂ ਬੜਾ ਕਲੀਅਰ ਦਿਸਦਾ ਹੁੰਦਾ। ਅਤੇ ਆ ਥੱਲੇ ਸੀਮਾ ਹੈਗੀ ਆ, ਲੋਕ ਜਿਹੜੇ ਆ ਇੱਥੇ ਦਰਸ਼ਨ ਕਰਨ ਪਹੁੰਚੇ ਨੇ। ਗੱਲਬਾਤ ਕਰਾਂਗੇ ਬੱਚਿਆਂ ਦੇ ਨਾਲ ਵੀ, ਨੌਜਵਾਨਾਂ ਦੇ ਨਾਲ ਵੀ। ਦੂਰਬੀਨ ਨਾਲ ਦਰਸ਼ਨ ਹੋ ਗਏ? ਹਾਂਜੀ ਸਰ। ਅੱਛਾ ਜੀ, ਅਤੇ ਅੱਜ ਜਿਹੜਾ ਆ ਪਾਕਿਸਤਾਨ ਦੇ ਵੱਲੋਂ ਦੂਰਬੀਨ ਨੂੰ ਜਿਹੜਾ ਆ ਹਟਾਉਣ ਦੇ ਰਸਤੇ ਜਿਹੜੇ ਆ ਉਹ ਬੰਦ ਕਰ ਦੇਣੇ ਆ, ਕਿਉਂਕਿ ਅੱਜ ਨੀਂਹ ਪੱਥਰ ਰੱਖਿਆ ਜਾਣਾ ਆ ਕੋਰੀਡੋਰ ਦਾ, ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਫੈਸਲਾ ਕਿਹਾ ਲਿਆ ਗਿਆ ਸੀ ਕਿ ਰਸਤਾ ਜਿਹੜਾ ਆ ਉਹ ਉਸਨੂੰ ਵਿਕਾਸ ਜਿਹੜਾ ਆ ਕੀਤਾ ਜਾਵੇ ਉਸ ਰਸਤੇ ਦਾ, ਅਤੇ ਪਾਕਿਸਤਾਨ ਦੇ ਵੱਲੋਂ ਅੱਜ ਨੀਂਹ ਪੱਥਰ ਰੱਖਿਆ ਜਾਣਾ ਹੈ, ਭਾਰਤ ਦੇ ਵੱਲੋਂ ਰੱਖ ਦਿੱਤਾ ਗਿਆ ਸੀ। ਅਤੇ ਹਾਲਾਂਕਿ ਸਿਕਿਉਰਿਟੀ ਪਰਪਸ ਕਰਕੇ ਇੱਥੇ ਰੋਕਿਆ ਵੀ ਜਾ ਰਿਹਾ ਵੀਡੀਓ ਕਾਨਫਰੰਸਿੰਗ ਦੇ ਲਈ, ਕਿਉਂਕਿ ਇੱਕ ਬੜੀ ਸੈਂਸਿਟਿਵ ਜਗ੍ਹਾ ਹੈਗੀ ਆ। ਪਰ ਇੱਕ ਖੁਸ਼ੀ ਦੀ ਵੀ ਗੱਲ ਹੈਗੀ ਆ ਕਿ ਜਿਹੜੀਆਂ ਗੰਢਾਂ ਪਈਆਂ ਸੀ, ਜਿਹੜੇ ਤੰਦ ਟੁੱਟੇ ਸੀਗੇ ਭਾਰਤ ਅਤੇ ਪਾਕਿਸਤਾਨ ਦੇ, ਉਹ ਇੱਕ ਵਾਰ ਫਿਰ ਤੋਂ ਜੁੜਨ ਜਾ ਰਹੇ ਨੇ। ਗੱਲ ਕਰੀਏ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ, ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 17 ਤੋਂ 18 ਸਾਲ ਉੱਥੇ ਖੇਤੀਬਾੜੀ ਕੀਤੀ ਆ, ਰਹੇ ਨੇ, ਅੰਤਿਮ ਸਮਾਂ ਉਹਨਾਂ ਨੇ ਉੱਥੇ ਬਿਤਾਇਆ। ਤਾਂ ਇੱਥੋਂ ਦਰਸ਼ਨ ਕਰਦੇ ਨੇ ਲੋਕ, ਪਰ ਹੁਣ ਜਿਹੜਾ ਆ ਦੂਰਬੀਨ ਤੋਂ ਦੂਰ ਹੋ ਕੇ ਸਿੱਧਾ ਆਪ ਜਾਣਗੇ ਲੋਕ ਉੱਥੇ ਅਤੇ ਦਰਸ਼ਨ ਕਰਨਗੇ। ਬਜ਼ੁਰਗ ਵੀ ਇੱਥੇ ਪਹੁੰਚੇ ਹੋਏ ਨੇ, ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਆ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਕਿੱਦਾਂ ਦਾ ਲੱਗਦਾ ਕਿ ਬੜੇ ਲੰਬੇ ਸਮੇਂ ਤੋਂ ਇੱਕ ਤਾਂਘ ਹੁੰਦੀ ਆ ਸਿੱਖ ਦੀ ਆ, ਪੰਜਾਬੀਆਂ ਦੀ ਅਰਦਾਸ ਆ, ਅਤੇ ਅੱਜ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਥੇ ਆ ਕੇ? ਅੱਜ ਸਾਨੂੰ ਇੱਥੇ ਆਇਆਂ ਨੂੰ ਬਹੁਤ ਖੁਸ਼ੀ ਹੋਈ ਹੈ। ਇਹ ਜੋ ਵੀ ਕਾਰੋਬਾਰ ਕੀਤਾ ਸਤਿਗੁਰੂ ਗੁਰੂ ਨਾਨਕ ਦੇਵ ਨੇ ਕੀਤਾ ਸਾਰਿਆਂ ਵਾਸਤੇ, ਸਾਡੇ ਵਾਸਤੇ, ਹਰ ਦਾ ਸਰਬੱਤ ਦਾ ਉਹਨਾਂ ਭਲਾ ਮੰਗਿਆ, ਖੇਤੀ ਕਰਕੇ ਵਿਕਾਈ ਹੈ ਵੀ ਦਹਾਂ ਨਵਾਂ ਦੀ ਕਿਰਤ ਕਰਕੇ ਆਪਣੇ ਲੰਗਰ ਛਕਾਓ, ਇੱਕ ਜਗ੍ਹਾ ਬਹਿ ਕੇ ਪੰਗਤਾਂ ਦੇ ਵਿੱਚ ਸਾਰੀ ਸੰਗਤ ਮਤਲਬ ਬੈਠੇ ਖੁੱਲ੍ਹੇ ਦਰਸ਼ਨਦਾਰੇ ਮਹਾਰਾਜ ਸੱਚੇ ਪਾਤਸ਼ਾਹ ਦੇ ਕਰੋ। ਇਹ ਬੜੀ ਉਹਨਾਂ ਦੀ ਕਿਰਪਾ ਜਿਹੜਾ ਰਸਤਾ ਖੁੱਲ੍ਹਿਆ ਜੀ, ਬਹੁਤ ਉਹਨਾਂ ਦੀ ਕਿਰਪਾ, ਬਹੁਤ ਕਿਰਪਾ। ਬਿਲਕੁਲ, ਅਜੇ ਤਾਂ ਗੱਲਾਂ ਹੋ ਰਹੀਆਂ ਨੇ ਕਿ ਵਿਕਾਸ ਕੀਤਾ ਜਾਵੇ ਰਸਤੇ ਦਾ, ਅਤੇ ਸੰਗਤਾਂ ਦੇ ਚਿਹਰੇ ਜਿਹੜੇ ਆ ਖਿੜੇ ਹੋਏ ਆ, ਅਤੇ ਜਦੋਂ ਰਸਤਾ ਬਣ ਜਾਊਗਾ, ਜਦੋਂ ਸੰਗਤ ਉੱਧਰ ਜਾਵੇਗੀ, ਤਾਂ ਤੁਸੀਂ ਬੈਠੇ ਜਿਹੜੇ ਬੰਦੇ ਨੇ ਉਹ ਵੀ ਇਹੋ ਕਹਿ ਰਹੇ ਨੇ ਵੀ ਮਹਾਰਾਜ ਸੱਚਿਆ ਪਾਤਸ਼ਾਹ ਤੋਂ ਹੀ ਕਾਰਜ ਕੀਤਾ, ਅਸੀਂ ਖੁੱਲ੍ਹੇ ਦਰਸ਼ਨਦਾਰੇ ਕਰਾਂਗੇ ਜਦੋਂ ਵੀ ਆਵਾਂਗੇ ਇੱਥੇ। ਹਾਂਜੀ, ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਸੀਮਾ ਜਿਹੜੀ ਆ ਹੱਦ ਆ, ਇਸ ਤਾਰਾਂ ਤੋਂ ਪਾਰ ਪਾਕਿਸਤਾਨ ਹੈ, ਬਾਰਡਰ 'ਤੇ ਆਪਾਂ ਖੜ੍ਹੇ ਹਾਂ।
ਇੱਥੋਂ 3 ਕਿਲੋਮੀਟਰ ਦੂਰ ਸ਼੍ਰੀ ਗੁਰੂ ਕਰਤਾਰ ਸਾਹਿਬ ਦਾ ਜਿਹੜਾ ਗੁਰਦੁਆਰਾ ਹੈਗਾ ਤਾਂ ਉੱਥੇ ਸੀਗਾ ਗੁਰਦੁਆਰਾ ਹੈ ਤਾਂ ਸੰਗਤ 'ਚ ਕਾਫੀ ਉਤਸ਼ਾਹ ਹੈਗਾ, ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਆ ਕਿਉਂਕਿ ਅਜੇ ਵਿਕਾਸ ਦੀ ਹੀ ਗੱਲ ਹੋਈ ਆ, ਜਦੋਂ ਬਣੇਗਾ ਲਾਂਗਾ ਤਾਂ ਉਦੋਂ ਵਾਕਿਆ ਹੀ ਪੰਜਾਬੀਆਂ ਦੇ ਸਿੱਖਾਂ ਦੇ ਮਨ ਜਿਹੜੇ ਆ ਉਹ ਬਾਗੋ ਬਾਗ ਹੋ ਜਾਣਗੇ। ਕੈਮਰਾਮੈਨ ਹਰਜਿੰਦਰ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ।